ਕੋਸਤਕ ਕਾਗਜ਼ ਕਲਮ ਤੇ ਚਿੱਤਰ ਦਾ ਲੇਖ ਹੈ ਪੱਤਰਕਾਰ ਕੁਲਦੀਪ ਸਿੰਘ 베ਦੀ ਦੇ ਸਾਹਿਤ 베ਦੀ ਸਾਹਿਬ ਯਾਨੀ ਕਿ ਕੁਲਦੀਪ ਸਿੰਘ 베ਦੀ ਲਾਲਾ ਜਗਤ ਨਾਰੈਣ ਦੇ ਪੰਜਾਬੀ ਅਖਬਾਰ ਜਗ ਬਾਣੀ ਦੇ ਐਡੀਟਰ ਪੂਰੀ ਤਰ੍ਹਾਂ ਯਾਦ ਹੈ ਇਹਨਾਂ ਨਾਲ ਪਹਿਲੀ ਮੁਲਾਕਾਤ ਦੂਰਦਰਸ਼ਨ ਜਲੰਧਰ ਦੇ ਵੇਟਿੰਗ ਰੂਮਸ ਹੋਈ ਸੀ ਸ਼ਾਇਦ 15-16 ਬਰੇ ਪਹਿਲਾਂ ਦੀ ਗੱਲ ਹੈ ਇਹ ਜਾਂ ਇਸ ਤੋਂ ਵੀ ਵੱਧ ਸਮੇਂ ਦੀ ਇਸ ਤੋਂ ਪਹਿਲਾਂ ਅਸੀਂ ਚਿੱਠੀਆਂ ਪੱਤਰਾਂ ਰਾਹੀਂ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੇ ਝਗੜਦੇ ਆ ਰਹੇ ਸੀ ਕਾਰਨ ਠੀਕ ਯਾਦ ਨਹੀਂ ਪਰ ਇਹਨਾਂ ਨੂੰ ਜ਼ਰੂਰ ਯਾਦ ਹੈ ਇਹਨਾਂ ਨੇ ਪਗਡੰਡੀਆਂ ਮੇਰੀ ਸਵੈ ਜੀਵਨੀ ਜਗ ਬਾਣੀ ਚ ਸੀਰੀਅਲਾਈਜ਼ ਕਰਨੀ ਸੀ ਤੇ ਉਸ ਲਈ ਮੈਂ ਕਾਫੀ ਸਾਰੀਆਂ ਤਸਵੀਰਾਂ ਇਹਨਾਂ ਨੂੰ ਇਹਨਾਂ ਦੇ ਕਹਿ ਅਨੁਸਾਰ ਭੇਜੀਆਂ ਸਨ ਜੋ ਕਿਦਰੇ ਲਾਪਤਾ ਹੋ ਗਈਆਂ ਸਨ ਬਸ ਸਾਲਕ ਪਰ ਲੰਬੀ ਚੱਲੀ ਲੜਾਈ ਦੀ ਖਾਸ ਵਜ੍ਹਾ ਇਹ ਗਵਾਚੀਆਂ ਹੋਈਆਂ ਤਸਵੀਰਾਂ ਹੀ ਸਨ ਜੋ ਅਜੇ ਵੀ ਗਵਾਚੀਆਂ ਹੀ ਹੋਈਆਂ ਹਨ ਪਰ ਹੁਣ ਇਹਨਾਂ ਦੀ ਲੋੜ ਹੀ ਕੋਈ ਨਹੀਂ ਪਾਸਦੀ ਆਖਰ ਇੱਕ ਤਸਵੀਰ 1995 96 ਚ ਛੱਪੇ ਪਗਡੰਡੀਆਂ ਦੇ ਮੈਟਰ ਨਾਲ ਛਪਣ ਲੱਗੀ ਇਹ ਫੈਸਲਾ 베ਦੀ ਸਾਹਿਬ ਦਾ ਸੀ ਜਾਂ ਮੇਰਾ ਆਪਣਾ ਹੁਣ ਮੈਨੂੰ ਯਾਦ ਨਹੀਂ ਆਈ ਸੰਡੇ ਤਿੰਨਾ ਪਾਸ਼ਾਵਾਂ ਦੇ ਅਖਬਾਰ ਜਗ ਬਾਣੀ ਪੰਜਾਬ ਕੇਸਰੀ ਤੇ ਹਿੰਦ ਸਮਾਚਾਰ ਚ ਉਹੀ ਇੱਕੋ ਇੱਕ ਤਸਵੀਰ ਛਪਦੀ ਸੀ ਜੋ ਕਿ ਸ਼ਾਇਦ ਪਗਡੰਡੀਆਂ ਪੁਸਤਕ ਚੋਂ ਹੀ ਲਈ ਗਈ ਸੀ 6-7 ਮਹੀਨੇ ਤੱਕ ਇਹੀ ਸਿਲਸਿਲਾ ਜਾਰੀ ਰਿਹਾ ਅਚਾਨਕ ਦੂਰਦਰਸ਼ਨ ਜਲੰਧਰ ਤੋਂ ਮੈਨੂੰ ਦਿੱਲੀ ਦੇ ਪਤੀ ਉੱਤੇ ਇੱਕ ਸੱਦਾ ਪੱਤਰ ਮਿਲਿਆ ਜੋ ਭੇਜਿਆ ਤਾਂ ਲਖਵਿੰਦਰ ਜੋਲਸਾਹ ਵੱਲੋਂ ਗਿਆ ਸੀ ਪਰ ਉਹਨੂੰ ਅੰਜਾਮ ਦਿੱਤਾ ਸੀ ਕਵੀ ਸਵਿਤੋਜ ਨੇ ਮੈਂ ਆਪਣੇ ਪਹੁੰਚਣ ਦੀ ਤਸਦੀਕ ਕਰਦਿਆਂ ਉਹਨੂੰ ਮਿਸ ਨਵੀ ਤੋਜ ਲਿਖ ਦਿੱਤਾ ਨਾ ਮੈਨੂੰ ਕੁਝ ਕੁੜੀਆਂ ਵਰਗਾ ਲੱਗਿਆ ਸੀ ਤੇ ਜਦੋਂ ਮੈਂ ਰਾਤ ਦੀ ਗੱਡੀ ਫੜ ਕੇ ਸਵੇਰਸਾਰ ਜਲੰਧਰ ਦੂਰਦਰਸ਼ਨ ਦੀ ਬਿਲਡਿੰਗ 'ਚ ਪਹੁੰਚੀ ਉੱਥੇ ਮੈਨੂੰ ਦੋ ਤਿੰਨ ਹੋਰ ਜਾਣੇ ਪਛਾਣੇ ਚਿਹਰੇ ਵੀ ਮਿਲੇ ਸ਼ਦ ਪ੍ਰੇਮ ਗੁਰ ਕੀ ਵੀ ਇਹਨਾਂ ਚੋ ਇੱਕ ਸੀ ਪਰ ਮੈਂ ਸਭ ਤੋਂ ਪਹਿਲਾਂ ਆਪਣੇ ਪਹੁੰਚਣ ਦੀ ਸੂਚਨਾ ਉਸ ਅਸਿਸਟੈਂਟ ਪ੍ਰੋਡਿਊਸਰ ਨੂੰ ਦੇਣੀ ਚਾਹੁੰਦੀ ਸੀ ਜਿਹਨੇ ਮੇਰੇ ਨਾਲ ਖਾਤੋ-ਕਿਤਾਬ ਕੀਤਾ ਸੀ ਅੱਜ ਦੇ ਪ੍ਰੋਗਰਾਮ ਲਈ ਸੋ ਮੈਂ ਪੁੱਛਦੀ-ਪਛਾਉਂਦੀ ਜੋਲਤ ਸਾਹਿਬ ਦੇ ਕਮਰੇ ਤੱਕ ਪਹੁੰਚੀ ਤੇ ਉਸ ਅਸਿਸਟੈਂਟ ਪ੍ਰੋਡਿਊਸਰ ਕੁੜੀ ਬਾਰੇ ਪੁੱਛਿਆ ਜਿਹਦਾ ਨਾਂ ਸੀ ਸਵਿਤੋਜ ਇੱਕ ਮਨਮੋਣੀ ਸੂਰਤ ਵਾਲਾ ਭਰਜਵਾਨ ਗੱਭਰੂ ਉੱਥੇ ਬੈਠਾ ਮੈਨੂੰ ਮਿਲਿਆ ਜੋ ਸਰੀਰ ਤੋਂ ਵੀ ਗੋਬੜਾ-ਗੋਬੜਾ ਹੀ ਲੱਗਦਾ ਸੀ ਮੈਂ ਬਚਨਤ ਕੌਰਨ ਦਿੱਲੀ ਤੋਂ ਮੈਂ ਉਹਨੂੰ ਕਿਹਾ ਉਹ ਗੱਭਰੂ ਮੇਰੇ ਸਤਕਾਰ 'ਚ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਬੜੇ ਚਾਜ ਐ ਨਾਲ ਬੋਲਿਆ ਆਓ ਆਓ ਅਸੀਂ ਸਾਰੇ ਤੁਹਾਡੀ ਉਡੀਕ ਕਰ ਰਹੇ ਸੀ ਬਾਕੀ ਸਭ ਆ ਚੁੱਕੇ ਹਨ ਜਿਨ੍ਹਾਂ ਨੇ ਗੱਲਬਾਤ 'ਚ ਹਿੱਸਾ ਲੈਣਾ ਹੈ ਆਓ ਮੈਂ ਤੁਹਾਨੂੰ ਸਾਰਿਆਂ ਨਾਲ ਮਿਲਾ ਦੇਵਾਂ ਉਹ ਗੱਭਰੂ ਆਪਣੇ ਚਿਹਰੇ ਉੱਤੇ ਗੁਲਾਬੀ ਜੀ ਭਾ ਲਈ ਮੈਨੂੰ ਵੇਟਿੰਗ ਰੂਮ 'ਚ ਲੈ ਆਇਆ ਇਹ ਫਲਾਣਾ 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 ਤੇ ਇਹ ਹਨ ਜਗਬਾਣੀ ਦੇ ਐਡੀਟਰ ਕੁਲਦੀਪ 베ਤੀ ਬਸ ਉਹਦੇ ਮੂੰਹੋਂ ਇਹ ਸ਼ਬਦ ਨਿਕਲੇ ਹੀ ਸਨ ਕਿ ਮੈਂ ਭੱਜ ਕੇ ਬਿਨਾਂ ਕੁਝ ਸੋਚੇ ਸਮਝੇ ਕੁਲਦੀਪ 베ਦੀ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਲਿਆ ਉਸ ਸਮੇਂ ਮੈਨੂੰ ਕਿਸੇ ਵੀ ਗੱਲ ਦਾ ਖਿਆਲ ਨਹੀਂ ਸੀ ਰਿਹਾ ਕਿ ਕੁਲਦੀਪ 베ਦੀ ਮੇਰੇ ਨਾਲੋਂ ਛੋਟੀ ਉਮਰ ਦਾ ਹੈ ਜਾਂ ਵੱਡੀ ਉਮਰ ਦਾ ਹੈ ਮੈਨੂੰ ਤੇ ਇਹ ਵੀ ਵਿਸਰ ਗਿਆ ਸੀ ਕਿ ਮੇਰੀ ਤੇ ਕੁਲਦੀਪ 베ਦੀ ਜੀ ਦੀ ਤਾਂ ਪੂਰੇ ਬਰੇ ਘਰ ਤੋਂ ਚਿੱਟੀਆਂ 'ਚ ਲੜਾਈ ਚੱਲੀ ਆ ਰਹੀ ਹੈ 베ਦੀ ਸਾਹਿਬ ਮੇਰੇ ਸੈਕਸ਼ਨ ਤੋਂ ਸ਼ਾਇਦ ਝਿਜਕ ਵੀ ਗਏ ਹੋਣ ਮੈਨੂੰ ਜਾਣਦੀ ਪਰ ਮੈਂ ਜਿਉਂ ਹੀ ਇਹਨਾਂ ਵੱਲ ਤੱਕਿਆ ਮੈਨੂੰ ਲੱਗਿਆ ਇਹ ਤਾਂ ਮੇਰਾ ਕੋਈ ਬਹੁਤ ਪੁਰਾਣਾ ਮਿੱਤਰ ਹੈ ਮੈਨੂੰ ਯਾਦ ਆ ਲੜਾਈ ਵਾਲੀਆਂ ਚਿੱਠੀਆਂ 'ਚ ਵੀ ਮੈਂ ਚਿੱਠੀ ਸ਼ੁਰੂ ਕਰਨ ਵੇਲੇ ਕਦੇ 베ਦੀ ਸਾਹਿਬ ਨੂੰ ਪਿਆਰਾ ਦੋਸਤ ਸੰਬੋਧਨ ਕਰਦੀ ਸੀ ਕਦੇ ਪਿਆਰੇ ਵੀਰ ਜੀ ਪਰ ਚਿੱਠੀ ਦੇ ਅੰਤ 'ਚ ਉਹ ਹੀ ਲੜਾਈ ਮੇਰੀ ਜਾਰੀ ਰਹਿੰਦੀ ਕਿ ਤੁਸੀਂ ਮੇਰੀਆਂ ਤਸਵੀਰਾਂ ਗਵਾਚ ਕਿਵੇਂ ਦਿੱਤੀਆਂ ਦੂਰਦਰਸ਼ਨ ਦੇ ਵੇਟਿੰਗ ਰੂਮਸ ਹੋਈ ਕੁਲਦੀਪ 베ਦੀ ਨਾਲ ਇਸ ਪਹਿਲੀ ਮੁਲਾਕਾਤ ਨੇ ਕਮਰੇ 'ਚ ਬੈਠੇ ਸਾਰੇ ਲੇਖਕਾਂ ਨੂੰ ਜਿਵੇਂ ਇੱਕ ਅਚੰਭੇ ਜੇ ਚ ਪਾ ਦਿੱਤਾ ਸੀ दूरदर्शन ਉਤੇ ਗੱਲਬਾਤ ਕਰਨਾ ਹੈ ਸਾਰੇ ਪੰਜਾਬੀ ਲੇਖਕਾਂ ਨੂੰ ਹੁਣ ਮੈਂ ਮਿਲ ਚੁੱਕੀ ਸੀ ਸਿਰਫ ਅਸਿਸਟੈਂਟ ਪ੍ਰੋਡਿਊਸਰ ਨੂੰ ਮਿਲਣਾ ਬਾਕੀ ਸੀ ਜਿਨੇ ਇਸ ਗੱਲਬਾਤ ਚ ਭਾਗ ਲੈਣ ਲਈ ਮੈਨੂੰ ਦਿੱਲੀੋਂ ਬੁਲਾਇਆ ਸੀ ਵੇਟਿੰਗ ਰੂਮਸ ਹੋਈ ਇਸ ਪਹਿਲੀ ਮੁਲਾਕਾਤ ਸਮੇਂ ਬੀਦੀ ਸਾਹਿਬ ਨੂੰ ਮੇਰੇ ਨਾਲ ਮਿਲ ਕੇ ਕਿੰਨੀ ਖੁਸ਼ੀ ਹੋਈ ਮੈਨੂੰ ਜਾਣਦੀ ਪਰ ਮੈਂ ਇਸ ਸ਼ਖਸੀਅਤ ਨੂੰ ਮਿਲ ਕੇ ਖੁਸ਼ੀ ਚ ਮੂੰਹੋਂ ਮੂੰਹ ਪਰ ਗਈ ਸੀ ਕਿਉਂਕਿ ਐਨੇ ਬਾਰੇ ਖਤਾਾਂ ਚ ਚੱਲੀ ਆ ਰਹੀ ਲੜਾਈ ਨੂੰ ਲੰਬੇ ਰੱਖ ਕੇ ਬੇਦੀ ਸਾਹਿਬ ਮਰੀਮ ਪਗਡੰਡੀਆਂ ਨੂੰ ਲਗਾਤਾਰ ਤਿੰਨ ਅਖਬਾਰਾਂ 'ਚ ਛਪਵਾਈ ਜਾ ਰਹੇ ਸਨ। ਇਹ ਸ਼ਖਸ ਤਾਂ ਹੱਦ ਦਰਜੇ ਦਾ ਭਲਾ ਤੇ ਬੀਬਾ ਬੰਦਾ ਹੈ ਜਿਨੇ ਮੇਰੀ ਕਿਸੇ ਗੱਲ ਦਾ ਗਿਲਾ ਨਹੀਂ ਸੀ ਕੀਤਾ। ਮੇਰੇ ਕੋਲ ਤੇ ਸਗੋਂ ਬਾਰ-ਬਾਰ ਇੱਕ ਹੀ ਗੱਲ ਦੁਹਰਾ ਰਹੇ ਸਨ। ਤੁਹਾਡੀ ਰਚਨਾ ਪਗਡੰਡੀਆਂ ਤਿੰਨੇ ਪਾਸ਼ਾਵਾਂ ਦੇ ਪਾਠਕਾਂ ਨੇ ਬੇਹੱਦ ਸਰਾਹੀ ਹੈ। ਪਰ ਤੁਸੀਂ ਮੈਨੂੰ ਤਾਂ ਸਭ ਤੋਂ ਪਹਿਲਾਂ ਚੰਗੀ ਲੱਗੀ ਸੀ ਤਾਂ ਹੀ ਤਾਂ ਹਿੰਦ ਸਮਾਚਾਰ ਗਰੁੱਪ ਨੇ ਇਸ ਰਚਨਾ ਨੂੰ ਤਿੰਨ ਅਖਬਾਰਾਂ 'ਚ ਇੱਕੋ ਸਮੇਂ ਛਾਪਣ ਦਾ ਨਿਰਣੈ ਲਿਆ। ਖਾਸ ਕਰਕੇ ਵਿਜੈ ਵਿਜੇ ਚੋਪੜਾ ਜੀ ਨੂੰ ਤੁਹਾਡੀ ਇਹ ਰਚਨਾ ਬਹੁਤ ਪਸੰਦ ਆਈ ਧੰਨਵਾਦ ਚਲੋ ਆਓ ਹੁਣ ਅਸੀਂ ਸਹਾਇਕ ਸਾਹਿਬ ਨੂੰ ਮਿਲ ਲਈਏ ਕਿਉਂਕਿ ਪ੍ਰੋਗਰਾਮ ਤੋਂ ਪਿੱਛੋਂ ਚੈੱਕ ਕੋ ਨੇ ਤਿਆਰ ਕਰਵਾ ਕੇ ਸਾਨੂੰ ਦੇਣੇ ਹਨ ਅਸੀਂ ਸਭੇ ਮੁਸਕੜੀਆਂ ਹੱਸੇ ਉਹ ਮਿਲਤਾ ਚੁੱਕਿਆ ਤੁਹਾਨੂੰ ਕਦੋਂ ਉਹਨੇ ਤਾਂ ਸਾਨੂੰ ਸਾਰਿਆਂ ਨੂੰ ਵੇਟਿੰਗ ਰੂਮ 'ਚ ਤੁਹਾਡੇ ਨਾਲ ਇੰਟਰੋਡਿਊਸ ਕਰਵਾਇਆ ਸੀ ਉਹੀ ਮਿੱਠ ਬੋਲੜਾ ਜਿਹਾ ਗੱਭਰੂ ਜੋ ਮੇਰੇ ਨਾਲ ਇੱਥੇ ਆਇਆ ਸੀ ਹਾਂ ਹਾਂ ਇਹ ਉਹ ਕੋਈ ਸੋਹਣੀ ਸੁਨੱਖੀ ਕੁੜੀ ਨਹੀਂ ਇੱਕ ਬਹੁਤ ਵਧੀਆ ਸ਼ਾਇਰ ਗਬਰੂ ਹੈ ਤੁਸੀਂ ਤਾਂ ਉਹਦਾ ਜੈਂਡਰ ਹੀ ਬਦਲ ਕੇ ਰੱਖ ਦਿੱਤਾ ਇਹ ਗੱਲ ਮੈਨੂੰ ਕਿਸ ਨੇ ਆਖੀ ਮੈਨੂੰ ਯਾਦ ਨਹੀਂ ਪਰ ਇੱਕ ਵਾਰੀ ਤਾਂ ਉਸ ਗਬਰੂ ਸੁਮੇਤ ਸਾਰੇ ਖਿੜਖੜਾ ਕੇ ਹੱਸ ਪਏ ਪਿੱਛੋਂ ਵੀ ਅਜਿਹੀ ਇੱਕ ਘਟਨਾ ਘਟੀ ਜਦੋਂ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਸ਼੍ਰੋਮਣੀ ਸਹਿਤਕਾਰ ਪਰਮਿੰਦਰਜੀਤ ਨਾਲ ਮੇਰੀ ਗੱਲਬਾਤ ਟੈਲੀਫੋਨ ਤੇ ਹੋਈ ਸੀ ਪਰਮਿੰਦਰਜੀਤ ਜੀ ਨੇ ਇੱਕ ਨਵੇਂ ਛਪੇ ਕਵਿਤਾ ਸੰਗ੍ਰਹਿ ਬਾਰੇ ਕੁਝ ਸ਼ਬਦ ਕਿਤਾਬ ਦੇ ਪਿਛਲੇ ਪੰਨੇ ਤੇ ਲਿਖੇ ਹੋਏ ਸਨ ਇਹਠਾਂ ਲਿਖਿਆ ਸੀ ਪਰਮਿੰਦਰਜੀਤ ਕਈ ਕਵਿਤਾਵਾਂ ਪੜਨ ਪਿੱਛੋਂ ਮੈਂ ਲੇਖਕਾਂ ਨੂੰ ਵਧਾਈ ਦੇਣ ਲਈ ਫੋਨ ਕੀਤਾ ਤੇ ਕਿਹਾ ਕਿ ਮੈਂ ਪਰਮਿੰਦਰਜੀਤ ਕੌਰ ਨਾਲ ਉਹਨਾਂ ਦੀ ਨਵੀਂ ਛਪੀ ਪੁਸਤਕ ਬਾਰੇ ਗੱਲ ਕਰਨੀ ਹੈ ਪਰਮਿੰਦਰਜੀਤ ਝੱਟ ਬੋਲ ਪਛਾਣ ਕੇ ਬੋਲੇ ਬਚਿੰਦ ਕੌਰ ਜੀ ਮੈਂ ਪਰਮਿੰਦਰ ਸਿੰਘ ਬੋਲ ਰਿਹਾ ਹਾਂ ਤੁਸੀਂ ਮੇਰਾ ਜੈਂਡਰ ਹੀ ਬਦਲ ਦਿੱਤਾ ਮੈਂ ਮਾਫੀ ਮੰਗੀ ਤੇ ਅਸੀਂ ਹਾਸਾ ਹਾਸਦੋ ਬਿੰਦੂਰੇ ਹੁੰਦੇ ਜਾ ਰਹੇ ਸੀ ਦਰਸਲ ਇਹ ਕਲਾਕਾਰ ਲੋਕ ਬਹੁਤ ਹੀ ਭਾਵੁਕ ਕਿਸਮ ਦੇ ਹੁੰਦੇ ਆ ਖਾਸ ਕਰਕੇ ਮੈਂ ਆਪਣੇ ਆਪ ਨੂੰ ਇਸੇ ਕੈਟਾਗਰੀ 'ਚ ਰੱਖਦੀ ਹਾਂ ਪਰ ਕੁਲਦੀਪ 베ਦੀ ਸਾਹਿਬ ਦੂਰਦਰਸ਼ੀ ਤੇ ਤਜਰਬੇਕਾਰ ਪੱਤਰਕਾਰ ਹਨ ਉਹ ਇੰਨੀ ਭਾਵੁਕਤਾ ਅੱਜ ਕਦੀ ਵੀ ਨਹੀਂ ਵੰਦੇ ਪਿਛਲੇ 2-3 ਵਰਿਆਂ ਤੋਂ ਮੇਰੀ ਉਹਨਾਂ ਨਾਲ ਕਾਫੀ ਨੇੜਤਾ ਵਧੀ ਹੈ ਖਾਸ ਕਰਕੇ ਜਦੋਂ ਤੋਂ ਮੈਂ ਬਿਆਸ ਰਹਿਣਾ ਸ਼ੁਰੂ ਕਰ ਦਿੱਤਾ ਹੈ ਉਹ ਹਰ ਗੱਲ ਨੂੰ ਬੜੀ ਸੋਚ ਵਿਚਾਰ ਪਿੱਛੇ ਹੀ ਮੂੰਹ ਕੱਢਦੇ ਹੈ ਤੇ ਜੋ ਕਹਿੰਦੇ ਹੈ ਉਹ ਗੱਲ ਪੱਕੀ ਤੇ ਪੱਥਰ ਉੱਤੇ ਪਈ ਲਕੀਰ ਵਾਂਗ ਹੁੰਦੀ ਹੈ ਸਮੇਂ ਦੇ ਬੇਹੱਦ پابੰਦ ਜੋ ਕੰਮ ਜਿਸ ਸਮੇਂ ਕਰਨਾ ਹੁੰਦਾ ਬੰਦੇ ਨੂੰ ਉਹੀ ਸਮਾਂ ਦੱਸਦੇ ਆ ਲਾਰੇ ਲੱਪੇ ਚ ਰੱਖਣਾ ਉਹਨਾਂ ਦੀ ਫਿਤਰਤ ਚ ਨਹੀਂ ਪਿੱਛੇ ਜੇ ਮੇਰੀ ਕਲਮ ਨੇ ਲੰਬੀ ਚੁੱਪ ਸਾਧ ਲਈ ਸੀ ਬੇਦੀ ਸਾਹਿਬ ਨੇ ਬਿਆਸ ਫੋਨ ਕਰਕੇ ਮੈਥੋਂ ਪਲਛਣ ਕਾਲਮ ਲਿਖਵਾਉਣਾ ਸ਼ੁਰੂ ਕਰਾ ਲਿਆ ਉਸ ਕਾਲਮ ਨੂੰ ਮੈਂ ਕਦੇ ਕਦੇ ਮਿਸ ਵੀ ਕਰ ਜਾਂਦੀ ਆ ਉਹ ਖੁਦ ਇੱਕ ਚੰਗੇ ਕਹਾਣੀਕਾਰ ਨਾਵਲਕਾਰ ਤੇ ਬਹੁਤ ਹੀ ਸਫਲ ਪੱਤਰਕਾਰ ਹਨ ਲੇਖਕਾਂ ਦੀਆਂ ਮਿਲੀਆਂ ਚ ਉਹ ਅਕਸਰ ਹਾਜ਼ਰ ਨਜ਼ਰ ਆਉਂਦੇ ਹਨ ਕਰਨ ਲਈ ਉਹਨਾਂ ਕੋਲ ਬਹੁਤ ਸਾਰੇ ਕੰਮ ਹਨ ਫਿਰ ਵੀ ਸਾਹਿਤਿਕ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਉਹ ਪੂਰੀ ਤਰ੍ਹਾਂ ਨਿਭਾਉਂਦੇ ਚੱਲੇ ਆ ਰਹੇ ਹਨ ਇਹ ਸਭ ਗੱਲਾਂ ਮੈਂ ਆਪਣੇ ਅਨੁਭਵ ਵਿੱਚੋਂ ਲਿਖ ਰਹੀਆਂ ਉਹਨਾਂ ਦੇ ਬਾਰੇ ਨਾ ਕਿ ਸੁਣੀਆਂ ਸੁਣਾਈਆਂ ਮੈਂ ਜਾਣਦੀ ਹਾਂ ਪੱਤਰਕਾਰੀ ਚੋਖੰ ਭਰਿਆ ਕਾਰਜ ਹੈ ਇਸ ਵਿੱਚ ਕਦਮ ਕਦਮ ਉੱਤੇ ਔਕੜਾਂ ਆਉਂਦੀਆਂ ਹਨ ਪਰ ਬੇਦੀ ਸਾਹਿਬ ਇਹਨਾਂ ਨੂੰ ਕੰਡਿਆਂ ਨਾਲੋਂ ਤੋੜੇ ਫੁੱਲਾਂ ਵਾਂਗ ਇੱਕ ਪ੍ਰਬੰਧ ਵਿੱਚ ਪਰੋ ਲੈਂਦੇ ਹਨ ਪਿਛੇ ਜੇ ਉਹਨਾਂ ਦਾ ਨਵਾਂ ਨੋਵਲ ਕਾਸ਼ ਪੜਨ ਦਾ ਮੈਨੂੰ ਮੌਕਾ ਮਿਲਿਆ ਜੋ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਲਿਖਿਆ ਗਿਆ ਹੈ। ਭਾਵ ਅਪਾਹਜ ਪਾਤਰ ਨੂੰ ਲੈ ਕੇ ਪਰ ਹੋਂ ਹਰ ਲੇਖਕ ਨੂੰ ਮੁੱਖ ਰੱਖ ਕੇ ਇਹਦੀ ਰਚਨਾ ਕੀਤੀ ਗਈ ਹੈ ਜਿਸ ਵਿੱਚ ਜ਼ਿੰਦਗੀ ਉਵੇਂ ਹੀ ਧੜਕਦੀ ਹੈ ਜਿਵੇਂ ਇੱਕ ਤੰਦਰੁਸਤ ਸਰੀਰ ਵਿੱਚ ਲਈ ਅਹਿਸਾਸ। ਕਾਸ਼ ਨਾਵਲ ਤੋਂ ਪਹਿਲਾਂ ਉਹਨਾਂ ਦੇ ਦੋ ਨਾਵਲ ਹੋਰ ਦਾ ਪੇਚ ਤੇ ਜੇਕਰ ਆ ਚੁੱਕੇ ਹਾਂ। ਦਾ ਪੇਚ ਟ੍ਰੇਡ ਯੂਨੀਅਨ ਤੇ ਜੇਕਰ ਇੱਕ ਸਮਾਜਿਕ ਨਾਵਲ ਹੈ। ਇਸੇ ਤਰ੍ਹਾਂ ਹੀ ਖੋਰ ਨੌਵਲ 2009 ਚ ਰੰਗ ਤਮਾਸ਼ਾ ਛਪ ਕੇ ਆਇਆ ਇਹ ਨਾਵਲ ਉਹਨਾਂ ਇੱਕ ਸਫਰਨਾਮੇ ਦੇ ਰੂਪ ਚ ਲਿਖਿਆ ਹੈ ਉਹਨਾਂ ਨੇ ਪੰਜਾਬੀ ਫਿਲਮਾਂ ਦੀ ਸਕ੍ਰਿਪਟ ਵੀ ਲਿਖੀ ਹੈ ਤੇ ਉਹਨਾਂ ਦੀਆਂ ਲਿਖੀਆਂ ਕਹਾਣੀਆਂ ਤੇ ਟੀਵੀ ਫਿਲਮਾਂ ਵੀ ਬਣੀਆਂ ਹਨ ਦੋ ਕਹਾਣੀ ਸੰਗ੍ਰਹਿ ਉਪਰੀ ਮਿੱਟੀ ਤੇ ਕਿੰਨੇ ਹੀ ਵਰਿਆਂ ਬਾਅਦ ਛਪ ਚੁੱਕੇ ਹਨ ਇੱਕ ਸਫਰਨਾਮਾ ਸੈਲਾਨੀਆਂ ਦੇ ਦੇਸ਼ ਚ ਵੀ ਛਪ ਚੁੱਕਾ ਹੈ ਉਹਨਾਂ ਨੇ ਅਮਰੀਕਾ ਇੰਗਲੈਂਡ ਸਪੇਨ ਬੈਂਕਾਕ ਆਦਿ ਦੇਸ਼ਾਂ ਦੀ ਯਾਤਰਾ ਵੀ ਕੀਤੀ ਹੋਈ ਹੈ ਕਿੰਨੇ ਹੀ ਅਹਿਸਾਸਾਂ ਨੂੰ ਪਾਟਕਾਂ ਦੇ ਰੂਬਰੂ ਕਰਵਾਉਣ ਸਮੇ ਬੇਦੀ ਸਾਹਿਬ ਦੀ ਕਲਮ ਨੇ ਬੜੇ ਜ਼ੇਰੇ ਤੋਂ ਕੰਮ ਲਿਆ ਹੈ ਜਿਸ ਲਈ ਮੈਂ ਕੁਲਦੀਪ ਬੇਦੀ ਦੀ ਰਚਨਾ ਪ੍ਰਕਿਰਿਆ ਨੂੰ ਨੇੜੇ ਤੋਂ ਜਾਣ ਤੇ ਪਛਾਣ ਸਕੀ ਹਾਂ ਇਸ ਕਲਮ ਦੀ ਪ੍ਰਕਿਰਿਆ ਨਾਲ ਮੈਂ ਬੇਦੀ ਸਾਹਿਬ ਅੰਦਰ ਬੈਠੇ ਇੱਕ ਉਸ ਲੇਖਕ ਨੂੰ ਸਮਝਣ ਲੱਗੀ ਹਾਂ ਜੋ ਇੱਕ ਬੇ ਧੜਕ ਤੇ ਬਹਾਦਰ ਪੱਤਰਕਾਰ ਹੈ ਪਿਛਲੇ ਕਿੰਨੇ ਹੀ ਵਰਿਆਂ ਤੋਂ ਪੰਜਾਬੀ ਦੇ ਜਗ ਬਾਣੀ ਅਖਬਾਰ ਦੀ ਮੁਸ਼ਕਲ ਤੋਂ ਮੁਸ਼ਕਲ ਜ਼ਿੰਮੇਵਾਰੀ ਨੂੰ ਉਹਨਾਂ ਨੇ ਖਿੜੇ ਮੱਥੇ ਨਿਭਾਇਆ ਹੈ ਪੱਤਰਕਾਰਤਾ ਦਾ ਕਿੰਨਾ ਜੋਖਮ ਭਰਿਆ ਹੈ ਇਸ ਗੱਲ ਨੂੰ ਮੈਂ ਕੈਨੇਡਾ ਤੇ ਲੰਡਨ ਤੋਂ ਛਪਦੇ ਪਰਚਿਆਂ ਇੰਤ ਕੋਨੇਡੀਅਨ ਤੇ ਦੇਸ਼ ਪਰਦੇਸ ਤੋਂ ਹਨ ਵੇਖ ਕੇ ਕਹਿ ਰਹੀਆਂ ਮੈਂ ਦੁਆ ਮੰਗਦੀਆਂ ਮੇਰੇ ਪਰਮ ਮਿੱਤਰ ਕੁਲਦੀਪ 베ਦੀ ਜੀ ਇਉਂ ਹੀ ਆਪਣੀ ਹਿੰਮਤ ਤੇ ਬਹਾਦਰੀ ਸਦਕਾ ਕਪਣੀ ਪੱਤਰਕਾਰਤਾ ਤੇ ਸਾਹਿਤ ਰਚਨਾ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਤੇ ਜੱਗ 'ਚ ਉਹਨਾਂ ਦੀ ਕੀਰਤੀ ਏਉਂ ਹੀ ਬਣੀ ਰਹੀ। ਆਮੀਨ। ਧੰਨਵਾਦ।